ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਸਮਰਸ ਇੰਜੋਏ ਕਰ ਰਹੇ ਹੋ ਤੁਸੀਂ, ਆਈ ਐਮ ਸ਼ੋਰ ਸਾਰੇ। ਬਹੁਤ ਅੱਛਾ ਟਾਈਮ ਹੈਗਾ ਜਦੋਂ ਕਿ ਜ਼ਿਆਦਾ ਅਸੀਂ ਫਰੀ ਹੁੰਦੇ ਹਾਂ, ਬੱਚੇ ਘਰ ਹੁੰਦੇ ਹਾਂ, ਸੋ ਗੈਟ ਟੂਗੈਦਰਸ, ਆਈ ਨੋ ਐਵਰੀਬਡੀ ਇਜ਼ ਬਿਜ਼ੀ ਵਿਦ ਗੈਟ ਟੂਗੈਦਰਸ ਔਰ ਸਮਾਲ ਵਕੇਸ਼ਨਸ। ਸੋ ਆਈ ਐਮ ਹੋਪਿੰਗ ਐਂਡ ਵਿਸ਼ਿੰਗ ਯੂ ਆਲ ਕਿ ਤੁਸੀਂ ਬਹੁਤ ਇੰਜੋਏ ਕਰ ਰਹੇ ਹੋ ਸਮਰਸ ਨਾਲ ਨਾਲ। ਜੋ ਅਸੀਂ ਹਮੇਸ਼ਾ ਕਰਦੇ ਹਾਂ, ਵਟ ਵੀ ਆਰ ਬੈਸਟ ਐਟ, ਉਹ ਜ਼ਰੂਰ ਕਰਨਾ ਹੈ ਕਿ ਸਾਡੇ ਕੋਲ ਜਿਹੜਾ ਸਵਾਲ ਆਇਆ ਉਹ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਹੈ। ਸੋ ਅੱਜ ਜਿਹੜਾ ਸਵਾਲ ਆਇਆ, ਇੱਕ ਯੰਗ ਮੋਮ ਹੈ, ਇੱਕ ਯੰਗ ਕੁੜੀ ਹੈ, ਬੜੇ ਦਿਲ ਖੋਲ੍ਹ ਕੇ ਗੱਲ ਕਰ ਰਹੀ ਹੈ। ਈਮੇਲ ਆਈ ਐਂਡ ਦੈਨ ਆਈ ਡਿਡ ਟਾਕ ਟੂ ਹਰ। ਸੋ ਆਪਣੀ ਵੱਲੋਂ ਕਹਿ ਰਹੀ ਹੈ ਕਿ ਮੇਰਾ ਬੜਾ ਸਿੰਪਲ ਕੁਐਸਚਨ ਹੈ। ਇੱਕ ਤਾਂ ਅੱਛਾ ਹੈ ਕਿ ਸਾਡੇ ਕਮਿਊਨਿਟੀ ਨੂੰ, ਸਾਡੀ ਲੈਂਗੁਏਜ ਨੂੰ ਸਮਝਣ ਵਾਸਤੇ ਬਹੁਤ ਪੰਜਾਬੀ ਚੈਨਲ ਦੇਖਦੀ ਹੈ, ਸਾਡਾ ਚੈਨਲ ਬੜਾ ਦੇਖਦੀ ਹੈ। ਸ਼ੀ ਇਜ਼ ਫਰੋਮ ਟ੍ਰਿਨੀਡੈਡ, ਮੈਰਿਡ ਟੂ ਅ ਪੰਜਾਬੀ। ਸੋ ਟ੍ਰਿਨੀਡੈਡ ਤੁਹਾਨੂੰ ਪਤਾ ਹੈ ਕੈਰੇਬੀਅਨ ਕੰਟਰੀਜ਼ ਜਿਵੇਂ ਗਿਆਨਾ ਐਂਡ ਆਲ। ਸੋ ਕਹਿੰਦੇ ਪਰ ਬਹੁਤ ਦੇਰ ਦੇ ਇੱਥੇ ਹੈ, ਯੂ ਨੋ ਸ਼ੀ ਇਜ਼ ਬੇਸਿਕਲੀ ਵਾਜ ਕਪਲ ਆਫ ਈਅਰਸ ਓਲਡ, ਛੋਟੀ ਜਿਹੀ ਸੀਗੀ ਜਦੋਂ ਇੱਥੇ ਆਈ। ਸੋ ਸਾਰੀ ਸਕੂਲਿੰਗ ਇੱਥੇ ਦੀ ਹੈ, ਸਾਰਾ ਕੁਛ ਇੱਥੇ ਦਾ। ਹਸਬੈਂਡ ਜਿਹੜਾ ਹੈ ਉਹ ਇੰਡੀਆ ਤੋਂ ਪਹਿਲੇ ਕਿਤੇ UK ਗਿਆ, ਉੱਥੇ ਪੜ੍ਹਿਆ, ਔਰ ਉਸ ਤੋਂ ਬਾਅਦ ਕਿਤੇ ਇੱਥੇ ਆਇਆ ਔਰ ਇੱਥੇ ਹੀ ਸੈਟਲ ਹੋ ਗਿਆ। ਸੋ ਹਸਬੈਂਡ ਦੀ ਗੱਲ ਕਰ ਰਹੇ ਹਾਂ ਕਿ ਜਦੋਂ ਇਹਨਾਂ ਨੂੰ ਮੁਲਾਕਾਤ ਹੋਈ ਐਂਡ ਮਿਲਣਾ ਸ਼ੁਰੂ ਕੀਤਾ, ਇਹ ਪਹਿਲੇ ਹੀ ਡਿਵੋਰਸ ਸੀਗੀ ਜਿਹੜੀ ਸਾਨੂੰ ਪੁੱਛ ਰਹੀ ਹੈ, ਔਰ ਇਹਦੇ ਕੋਲ ਇੱਕ ਬੱਚਾ ਵੀ ਸੀ। ਸੋ ਹਸਬੈਂਡ ਨੈਵਰ ਮੈਰਿਡ ਬਿਫੋਰ ਸੀ, ਔਰ ਮਿਲੇ ਕਾਫੀ ਆਪਸ ਵਿੱਚ, ਇੱਕ ਤਰ੍ਹਾਂ ਨਾਲ ਮਿਲਣਾ ਸ਼ੁਰੂ ਕੀਤਾ, ਡੇਟ ਕਰਨ ਲੱਗ ਗਏ, ਐਂਡ ਸ਼ੀ ਸੈਡ ਕਿ ਵੀ ਰੀਅਲੀ ਕਲਿਕਡ ਵੈਰੀ ਵੈਲ, ਬਹੁਤ ਅੱਛੀ ਸਾਡੀ ਬਣਨ ਲੱਗ ਗਈ, ਬਹੁਤ ਅੱਛੇ ਲੱਗੇ ਅਸੀਂ ਇੱਕ ਦੂਜੇ ਨੂੰ। ਐਂਡ ਦੈਨ ਦੇ ਟੁੱਕ ਸਮ ਟਾਈਮ, 8 ਮਹੀਨੇ ਦੇ ਵਿੱਚ ਯੂ ਨੋ ਦੇ ਗੋਟ ਮੈਰਿਡ। ਕਹਿੰਦੇ ਕਿ ਵਿਆਹ ਤੋਂ ਪਹਿਲੇ ਮੈਂ ਬੜਾ ਹੀ ਕਲੀਅਰਲੀ ਮੈਂ ਕੀਤਾ ਸੀ, ਜਦੋਂ ਜਦੋਂ ਅਸੀਂ ਅੱਗੇ ਵੱਧ ਰਹੇ ਸੀ ਆਪਣੇ ਰਿਲੇਸ਼ਨਸ਼ਿਪ ਦੇ ਵਿੱਚ, ਔਰ ਸੀਗਾ ਕਿ ਹਾਂ ਸ਼ਾਇਦ ਵਿਆਹ ਤੱਕ ਗੱਲ ਪਹੁੰਚੇਗੀ, ਉਸ ਤੋਂ ਪਹਿਲੇ ਦੀ ਮੈਂ ਬੜਾ ਹੀ ਗੱਲ ਕਲੀਅਰ ਕੀਤੀ ਹੋਈ ਸੀ ਕਿ ਮੈਂ ਕਦੀ ਵੀ ਪੇਰੈਂਟਸ ਤੋਂ ਬਿਨਾਂ ਨਹੀਂ ਰਹਾਂਗੀ, ਮੈਂ ਪੇਰੈਂਟਸ ਦੇ ਘਰ ਹੀ ਰਹਾਂਗੀ, ਔਰ ਜੇ ਕਦੀ ਮੂਵ ਕੀਤੀ ਤਾਂ ਪੇਰੈਂਟਸ ਮੇਰੇ ਨਾਲ ਮੂਵ ਕਰਨਗੇ। ਸੋ ਇਹ ਦੂਸਰੇ ਘਰ ਜਾ ਕੇ ਰਹਿਣਾ ਔਰ ਪੇਰੈਂਟਸ ਆਪ ਰਹਿਣਾ, ਉਹ ਨਹੀਂ। ਸੋ ਦੈਟ ਵਾਜ਼ ਅ ਵੈਰੀ ਕਲੀਅਰ ਥਿੰਗ ਸ਼ੀ ਸੇਜ਼ ਕਿ ਸਾਡੇ ਵਿੱਚ, ਔਰ ਉਹਨੇ ਵੀ ਕਦੀ ਕੋਈ ਉਹਦੇ ਵਿੱਚ ਪ੍ਰੋਬਲਮ ਨਹੀਂ ਜ਼ਾਹਿਰ ਕੀਤੀ ਕਿ ਠੀਕ ਹੈ ਜੇ ਤੂੰ ਇਸ ਤਰ੍ਹਾਂ ਕਰਨਾ ਹੈ, ਪੇਰੈਂਟਸ ਨਾਲ ਬਣਦੀ ਵੀ ਹੈ, ਸਾਰਾ ਕੁਛ ਠੀਕ ਹੈ, ਮੇਰੇ ਪੇਰੈਂਟਸ ਬਹੁਤ ਨੋਜ਼ੀ ਨਹੀਂ ਨੇ, ਕੋਈ ਇਹ ਨਹੀਂ ਹੈ ਕਿ ਵਿੱਚ ਵਿੱਚ ਯੂ ਨੋ ਆਪਣਾ ਕਰਦੇ ਆ, ਪੂਰੀ ਸਾਨੂੰ ਸਪੇਸ ਦਿੰਦੇ ਹੈ, ਸਾਰਾ ਕੁਛ ਠੀਕ ਹੈ। ਸੋ ਹੀ ਸੇਜ਼ ਕਿ ਵਿਆਹ ਤੋਂ 1.5 ਸਾਲ ਤਾਂ ਬੜਾ ਵਧੀਆ ਸਾਰਾ ਚੱਲਦਾ ਰਿਹਾ, ਅਸੀਂ ਪਲੈਂਟੀ ਆਫ ਵਕੇਸ਼ਨਸ ਕੀਤੀਆਂ, ਅਸੀਂ ਪੇਰੈਂਟਸ ਦਾ ਸਾਨੂੰ ਬੜਾ ਫਾਇਦਾ ਸੀਗਾ ਕਿਉਂਕਿ ਉਹ ਮੇਰਾ ਬੇਬੀ ਰੱਖ ਲੈਂਦੇ ਸੀ, ਅਤੇ ਅਸੀਂ ਯੂ ਨੋ ਕਾਫੀ ਘੁੰਮਿਆ ਉਸ ਪੀਰੀਅਡ ਦੇ ਵਿੱਚ, ਐਂਡ ਅੱਛੀ ਸਾਡੀ ਬਣਦੀ ਹੈ ਸਾਰੀ ਐਜ਼ ਫੈਮਿਲੀ ਵੀ, ਅਸੀਂ ਬੜਾ ਅੱਛਾ ਰਹਿੰਦੇ ਹਾਂ। ਮੈਨੂੰ ਵੀ ਇਹਨਾਂ ਦੀ ਸਾਈਡ ਦੇ ਜਿਹੜੇ ਵੀ ਕੋਈ ਰਿਸ਼ਤੇਦਾਰ ਨੇ, ਕੋਈ ਦੂਰ ਪਾਰ ਦੇ, ਇਹਨਾਂ ਦੇ ਬਹੁਤ ਕਲੋਜ਼ ਤੇ ਫੈਮਿਲੀ ਨਹੀਂ ਰਹਿੰਦੀ ਇੱਥੇ, ਪਰ ਜੋ ਵੀ ਰਹਿੰਦੇ ਆ ਔਰ ਜੋ ਫਰੈਂਡਸ ਹੈ ਇਹਨਾਂ ਦੇ ਬਹੁਤ ਅੱਛੇ ਲੱਗਦੇ ਆ, ਅਸੀਂ ਕਾਫੀ ਵਾਰੀ ਇਕੱਠੇ ਹੁੰਦੇ ਹਾਂ ਕਿ ਮੈਨੂੰ ਪੰਜਾਬੀ ਕਮਿਊਨਿਟੀ ਬਹੁਤ ਅੱਛੀ ਲੱਗਦੀ ਹੈ, ਮੈਂ ਇੰਡੀਆ ਵੀ ਹੋ ਆਈ ਹਾਂ ਸਾਰਾ। ਸੋ ਸ਼ੀ ਸੇਜ਼ ਬਟ ਪ੍ਰੋਬਲਮ ਸਿਰਫ ਇਹ ਹੈ, ਔਰ ਮੈਂ ਇਹ ਪੁੱਛਦੀ ਹਾਂ ਕਿ ਇੱਕ ਜਿਹੜੀ ਸਾਡੇ ਦੋਨਾਂ ਦੇ ਵਿੱਚ ਇੱਕ ਗੱਲ ਹੈ ਜਿਹੜੀ ਕਿ ਪ੍ਰੋਬਲਮੈਟਿਕ ਹੈ, ਉਹ ਇਹ ਹੈ ਕਿ ਇਹ ਥੋੜ੍ਹੀ 2 ਸਾਲ ਹੋ ਗਏ ਵਿਆਹ ਨੂੰ, ਅਤੇ ਇਹ ਕਹਿਣਾ ਸ਼ੁਰੂ ਕਰਤਾ 1.5 ਸਾਲ ਬਾਅਦ ਹੀ ਕਿ ਅਲੱਗ ਰਹਿਣਾ, ਪੇਰੈਂਟਸ ਨਾਲ ਨਹੀਂ ਰਹਿਣਾ, ਅਪਾਰਟਮੈਂਟ ਲੈਂਦੇ ਹਾਂ। ਸੋ ਇਜ਼ ਕਿ ਮੈਂ ਬਹੁਤ ਕਿਹਾ ਕਿ ਜਦ ਮੈਨੂੰ ਸਾਡੇ ਕੋਲ ਪੈਸੇ ਵੀ ਇੰਨੇ ਜ਼ਿਆਦਾ ਨਹੀਂ ਹੈ, ਕੋਈ ਦੋਨੋਂ ਅਸੀਂ ਕਮਾਉਂਦੇ ਹਾਂ ਪਰ ਦੋਨੋਂ ਕੋਈ ਓਵਰਫਲੋਇੰਗ ਮਨੀ ਨਹੀਂ ਹੈਗੀ, ਇਨ ਦਿਸ ਵੇ ਸਾਡੀ ਸੇਵਿੰਗ ਹੋ ਰਹੀ ਹੈ, ਔਰ ਬੜਾ ਥੋੜ੍ਹਾ ਜਿਹਾ ਕੁਛ ਨੋਮੀਨਲ ਜਿਹਾ ਹੈਗਾ ਜਿਹੜਾ ਅਸੀਂ ਆਪਣੇ ਪੇਰੈਂਟਸ ਨੂੰ ਕੰਟਰੀਬਿਊਟ ਕਰਦੇ ਹਾਂ, ਅਤੇ ਹਰ ਤਰ੍ਹਾਂ ਵਿਨ ਵਿਨ ਸਿਚੁਏਸ਼ਨ ਹੈ ਇਹਨਾਂ ਨੂੰ ਲੱਗਦਾ, ਅਤੇ ਫਿਰ ਇਹ ਕੋਈ ਬੇਤੁਕੀ ਜਿਹੀ ਗੱਲ ਹੈ ਕਿ ਯੂ ਨੋ ਬਈ ਵੱਖਰਾ ਕਰਕੇ ਰਹਿਣਾ, ਜਦਕਿ ਬਣਦੀ ਵੀ ਹੈ, ਸਭ ਕੁਛ ਹੈ, ਪ੍ਰੋਬਲਮ ਕੀ ਹੈ। ਕਹਿੰਦੇ ਫਿਰ ਇਸ ਤਰ੍ਹਾਂ ਗੱਲ ਉਹਨਾਂ ਨੇ ਕਰਨੀ, ਮੈਂ ਕਹਿ ਦੇਣਾ ਵੀ ਨਹੀਂ, ਅਤੇ ਫਿਰ ਚੱਲਦਾ ਰਿਹਾ। ਉਸ ਤੋਂ ਬਾਅਦ ਹਸਬੈਂਡ ਦੇ ਫਾਦਰ ਨੇ ਇੱਥੇ ਆਉਣਾ ਸੀ, ਅਤੇ ਉਹਨਾਂ ਨੇ ਕਿਹਾ ਨਹੀਂ, ਹਾਂ ਉਹਨਾਂ ਨੂੰ ਬੜਾ ਔਡ ਲੱਗਦਾ, ਸਾਡੇ ਕਲਚਰ 'ਚ ਨਹੀਂ ਹੁੰਦਾ ਇੰਝ, ਅਤੇ ਉਹਨਾਂ ਨੇ ਅਪਾਰਟਮੈਂਟ ਲੈ ਲਿਆ ਅਤੇ ਫਾਦਰ ਦੇ ਨਾਲ ਉੱਥੇ ਰਹਿਣ ਲੱਗ ਗਏ। ਫਾਦਰ ਨਾਲ ਰਹਿਣ ਲੱਗ ਗਏ, ਆਉਣਾ ਜਾਣਾ ਰਿਹਾ ਠੀਕ ਹੈ, ਪਰ ਉਸ ਪੀਰੀਅਡ ਦੇ ਵਿੱਚ ਜ਼ਿਆਦਾ ਫਾਦਰ ਦੇ ਨਾਲ ਰਹੇ, ਅਸੀਂ ਵੀ ਕਿਹਾ ਠੀਕ ਹੈ।
ਉਸ ਤੋਂ ਬਾਅਦ ਕਹਿੰਦੇ ਫਾਦਰ ਚਲੇ ਵੀ ਗਏ ਨੇ, ਹੁਣ ਵੀ ਉਹ ਅਪਾਰਟਮੈਂਟ ਰੱਖਿਆ ਹੋਇਆ, ਹੁਣ ਵੀ ਇੱਥੇ ਵੀ ਆਉਂਦੇ ਆ, ਰਹਿੰਦੇ ਆ ਅਤੇ ਅਪਾਰਟਮੈਂਟ ਵੀ ਰਹਿੰਦੇ ਆ। ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ। ਕਹਿ ਰਹੇ ਕਿ ਮੈਂ ਸਾਰਿਆਂ ਨੂੰ ਪੁੱਛਦੀ ਹਾਂ ਵੀ ਇਹਨਾਂ ਨੂੰ ਪ੍ਰੋਬਲਮ ਕੀ ਹੈ, ਕਿਉਂ ਫਾਲਤੂ ਕਿਰਾਇਆ ਦੇ ਰਹੇ ਹੈ, ਕਿਉਂ ਇਹ ਮੇਰੇ ਕੋਲ ਨਹੀਂ ਰਹਿ ਸਕਦੇ ਇੱਥੇ। ਐਂਡ ਮੈਨੂੰ ਕਹਿੰਦੇ ਆ ਕਿ ਮੂਵ ਕਰਨਾ, ਅਤੇ ਮੈਂ ਤਾਂ ਕੋਈ ਚੀਜ਼ ਚੇਂਜ ਨਹੀਂ ਕੀਤੀ, ਮੈਂ ਤਾਂ ਕੋਈ ਨਵੀਂ ਗੱਲ ਨਹੀਂ ਕਰ ਰਹੀ। ਮੈਂ ਤਾਂ ਬਿਲਕੁਲ ਕਲੀਅਰ ਪਹਿਲਾਂ ਹੀ ਕੀਤਾ ਹੋਇਆ ਸੀ ਕਿ ਮੈਂ ਪੇਰੈਂਟਸ ਨੂੰ ਛੱਡ ਕੇ ਨਹੀਂ ਜਾਵਾਂਗੀ। ਸੋ ਹੁਣ ਇਹਨਾਂ ਦੋਨਾਂ ਦਾ ਵੀ ਇੱਕ ਬੇਬੀ ਹੈਗਾ, ਮਤਲਬ ਯੂ ਨੋ ਨਾਓ ਦੇ ਹੈਵ ਟੂ ਕਿਡਸ, ਇੱਕ ਗਰਲ ਦਾ ਪਹਿਲੇ, ਲੇਡੀ ਦਾ ਪਹਿਲੇ ਹੈਗਾ, ਇੱਕ ਨਾਓ ਦੇ ਹੈਵ ਅ ਚਾਈਲਡ ਟੂਗੈਦਰ ਟੂ। ਸੋ ਇਹ ਹੀ ਕਹਿ ਰਹੇ ਕਿ ਹੀ ਇਜ਼ ਅ ਗੁੱਡ ਡੈਡ, ਹੀ ਇਜ਼ ਅ ਗੁੱਡ ਹਸਬੈਂਡ, ਫਿਰ ਪ੍ਰੋਬਲਮ ਕੀ ਹੈ ਕਿ ਇਹ ਜਿਹੜਾ ਕਾਫੀ ਜ਼ਿਆਦਾ ਉੱਥੇ ਰਹਿਣ ਲੱਗ ਗਏ, ਵੀ ਜਦੋਂ ਹੋਇਆ ਉੱਧਰ ਚਲੇ ਗਏ, ਫਿਰ ਇੱਧਰ ਆ ਗਏ, ਇਹ ਕੀ ਹੋ ਰਿਹਾ? ਮੈਨੂੰ ਨਹੀਂ ਅੱਛਾ ਲੱਗਦਾ ਹੈ ਕਿ ਆਈ ਵਾਂਟ ਕਿ ਅਸੀਂ ਇੱਕ ਫੈਮਲੀ ਵਾਕਣ ਰਹੀਏ, ਇਕੱਠੇ ਰਹੀਏ ਹਮੇਸ਼ਾ। ਔਰ ਮੈਨੂੰ ਇਹ ਗੱਲ ਵੀ ਸਮਝ ਨਹੀਂ ਆ ਰਹੀ ਕਿ ਇਹ ਨਵੀਂ ਗੱਲ ਕਿਉਂ ਹੈ, ਯੂ ਨੋ, ਕਿਉਂਕਿ ਮੈਂ ਤਾਂ ਬਿਲਕੁਲ ਕਲੀਅਰ ਕਿਹਾ ਸੀਗਾ, ਅੰਡਰਸਟੈਂਡਿੰਗ ਕੋਈ ਨਵੀਂ ਚੀਜ਼ ਨਹੀਂ ਹੈ। ਸੋ ਵਾਈ ਇਜ਼ ਹੀ ਡੂਇੰਗ ਦਿਸ? ਪਲੀਜ਼ ਜ਼ਰੂਰ ਇਹਨਾਂ ਨੂੰ ਦੱਸੋ। ਐਂਡ ਮੈਨੂੰ ਥੋੜ੍ਹਾ ਜਿਹਾ ਕਲਚਰਲੀ ਵੀ ਡਿਫਰੈਂਟ ਲੱਗਦਾ ਹੈ ਕਿ ਯੂ ਨੋ ਕਈ ਬ੍ਰਿੰਗਿੰਗ ਅਪ ਸਾਡੀ ਜਿਵੇਂ ਕਹਿ ਲਓ ਜਾਂ ਉਹਨਾਂ ਦੀ ਜਿਸ ਤਰ੍ਹਾਂ ਹੈਗੀ ਹੈ, ਉਹਦੇ 'ਚ ਕੋਈ ਫਰਕ ਹੋਏ? ਬਟ ਸਾਊਂਡ ਇੰਚ ਹੀ ਕਰ ਰਹੇ ਸੀ, ਜਿਵੇਂ ਸਮਝ ਨਹੀਂ ਆ ਰਹੀ ਕਿ ਹਸਬੈਂਡ ਇਹ ਜਿਹੜੀ ਆਪਣੀ ਡਿਮਾਂਡ ਹੈ ਉਹ ਕਿਉਂ ਰੱਖ ਰਿਹਾ, ਕਿਉਂ ਉਹਨਾਂ ਨੂੰ ਜ਼ਰੂਰਤ ਪੈ ਰਹੀ ਹੈ ਕਿ ਉਹ ਵੱਖਰੇ ਅਪਾਰਟਮੈਂਟ 'ਚ ਰਹਿਣ, ਕਿਉਂ ਨਹੀਂ ਉਹ ਨਾਲ ਰਹਿ ਸਕਦੇ ਜਦਕਿ ਬਣਦੀ ਵੀ ਹੈ ਔਰ ਕੁਆਇਟ ਹੈਗੇ ਹੈ, ਕੋਈ ਇੰਨੇ ਯੂ ਨੋ ਹੀ ਇਜ਼ ਅ ਵੈਰੀ ਸ਼ਾਏ, ਨੋਟ ਸ਼ਾਏ ਬਟ ਹੀ ਸੇਜ਼ ਕਿ ਬੜੇ ਘੱਟ ਬੋਲਦੇ ਨੇ, ਸਾਰਿਆਂ ਨਾਲ ਬਣਦੀ ਉਹਨਾਂ ਦੀ, ਕੋਈ ਪ੍ਰੋਬਲਮ ਨਹੀਂ ਹੈਗੀ, ਗੁੱਸਾ ਨਹੀਂ ਆਉਂਦਾ, ਕੁਛ ਨਹੀਂ ਐਸਾ, ਤਾਂ ਫਿਰ ਇਹ ਚੀਜ਼ ਕਿਉਂ ਹੈ? ਸੋ ਜ਼ਰੂਰ ਮੈਨੂੰ ਲੱਗਦਾ ਕਿ ਇਹਨਾਂ ਨਾਲ ਗੱਲ ਕਰੋ, ਇਹਨਾਂ ਨੂੰ ਪੂਰੀ ਪੰਜਾਬੀ ਸਮਝ ਆਉਂਦੀ ਹੈ। ਦ ਫਨੀ ਪਾਰਟ ਵਾਸ ਕਿ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਪੰਜਾਬੀ ਬੋਲ ਲੈਂਦੇ ਹੋ, ਅਤੇ ਕਹਿੰਦੇ ਨਹੀਂ ਪੰਜਾਬੀ ਬਹੁਤਾ ਬੋਲਦੀ ਤਾਂ ਨਹੀਂ ਪਰ ਮੈਨੂੰ ਸਮਝ ਸਭ ਕੁਛ ਆਉਂਦੀ ਹੈ। ਸੋ ਮੈਂ ਕਾਫੀ ਹੱਦ ਤੱਕ ਪੰਜਾਬੀ 'ਚ ਬੋਲਦੀ ਸੀ ਐਂਡ ਦੈਨ ਰਿਪੀਟ ਕਰ ਰਹੀ ਸੀ ਇੰਗਲਿਸ਼, ਪਰ ਉਹਨਾਂ ਨੂੰ ਪੂਰੀ ਪੰਜਾਬੀ ਬਿਨਾਂ ਇੰਗਲਿਸ਼ ਬੋਲੇ ਸਮਝ ਆ ਰਹੀ ਸੀ। ਸੋ ਦੈਟਸ ਅ ਗੁੱਡ ਪਾਰਟ ਕਿ ਉਹਨਾਂ ਨੇ ਕਾਫੀ ਇਸ ਕਲਚਰ ਨੂੰ, ਇਸ ਲੈਂਗੁਏਜ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਸਿੱਖਣ ਦੀ ਕੋਸ਼ਿਸ਼ ਕੀਤੀ ਹੈ, ਐਂਡ ਸਪੋਕਨ 'ਤੇ ਕਾਫੀ ਅੱਛੀ ਤਰ੍ਹਾਂ ਉਹ ਪੂਰੀ ਤਰ੍ਹਾਂ ਸਮਝਦੇ ਨੇ। ਸੋ ਗੁੱਡ ਕਿ ਸਾਡਾ ਜਿਹੜਾ ਸ਼ੋਅ ਹੈ ਉਹਨਾਂ ਨੂੰ ਕਿਸੇ ਤੋਂ ਟ੍ਰਾਂਸਲੇਟ ਨਹੀਂ ਕਰਾਉਣਾ ਪਏਗਾ, ਹੋਪਫੁਲੀ ਉਹਨਾਂ ਨੂੰ ਸਾਰਾ ਸਮਝ ਆਏਗਾ। ਸੋ ਤੁਸੀਂ ਦੱਸੋ ਜ਼ਰੂਰ ਔਰ ਇਹਨਾਂ ਨਾਲ ਗੱਲ ਜ਼ਰੂਰ ਕਰੋ ਕਿ ਕੀ ਕਹਿੰਦੇ ਹੋ, ਕਿਉਂਕਿ ਇਟਸ ਆਲਰੇਡੀ ਕਹਿ ਸਕਦੇ ਹਾਂ ਕਿ ਇੱਕ ਸਾਡੀ ਕਮਿਊਨਿਟੀ 'ਚ ਐਂਟਰੈਂਸ ਹੋਈ ਹੈ ਉਹਨਾਂ ਦੀ, ਕਿ ਆਏ ਨੇ ਔਰ ਸਿੱਖਣਾ ਵੀ ਚਾਹ ਰਹੇ ਨੇ, ਨਿਭਾਉਣਾ ਚਾਹ ਰਹੇ ਨੇ, ਸਭ ਕੁਛ ਹੈ, ਪਰ ਉਹਨਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਹਸਬੈਂਡ ਇਹ ਡਿਮਾਂਡ ਕਿਉਂ ਰੱਖ ਰਿਹਾ ਕਿ ਸਭ ਕੁਛ ਠੀਕ ਕਰਾਂਗੇ, ਜੋ ਤੂੰ ਪੇਰੈਂਟਸ ਵਾਸਤੇ ਕਰਨਾ ਚਾਹੁੰਦੀ ਹੈ ਕਰਾਂਗੇ, ਪਰ ਰਹੀਏ ਵੱਖਰੇ। ਸੋ ਜ਼ਰੂਰ ਦੱਸੋ। ਮੈਂ ਲੈਂਦੀ ਹਾਂ ਆਪਣੀ ਪਹਿਲੀ ਕਾਲ, ਤੁਸੀਂ ਸਾਰੇ ਵੀ ਜ਼ਰੂਰ ਕਾਲ ਕਰੋ। ਲੈਟ ਮੀ ਟੇਕ ਮਾਈ ਫਸਟ ਕਾਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜਸਪ੍ਰੀਤ ਜੀ, ਦੱਸੋ ਕੀ ਕਹਿੰਦੇ ਹੋ ਅੱਜ? ਹਾਂਜੀ, ਅੱਜ ਮੈਂ ਕਹਾਂਗੀ ਲੱਗਦਾ ਹਸਬੈਂਡ ਨੇ ਆਪਣਾ ਮਾਈਂਡ ਚੇਂਜ ਕਰ ਲਿਆ ਹੈਗਾ। ਓਕੇ, ਉਹ ਆਪਣੀ ਪ੍ਰੋਟੈਸਟ ਕਰ ਰਹੇ ਹੈਗੇ ਆ ਅੱਡ ਰਹਿ ਕੇ, ਬਈ ਖੁਸ਼ ਨੀ ਹੈਗੇ। ਹਾਂ, ਤੇ ਗੱਲ ਹੈਗੀ ਆ ਬਈ ਇਹਨਾਂ ਨੂੰ ਆਈ ਡੋਂਟ ਨੋ ਇਸ ਤਰ੍ਹਾਂ ਕਿਉਂ ਬਦਲ ਗਏ ਹੈਗੇ ਆ, ਪਰ ਹੀ ਹੈਜ਼ ਟੂ ਫਾਈਂਡ ਆਊਟ ਬਈ ਕਿਉਂ ਨਹੀਂ ਚਾਹੁੰਦੇ ਹੈਗੇ ਮੇਰੇ ਪੇਰੈਂਟਸ ਸਾਡੇ ਨਾਲ ਰਹਿਣ ਜੀ, ਪਰ ਉਹ ਲੱਗਦਾ ਉਹਨਾਂ ਨੂੰ ਦੱਸ ਵੀ ਨਹੀਂ ਪਾ ਰਹੇ। ਤੇ ਜੇ ਤਾਂ ਹੋਏ ਨਾ ਬਈ ਦੱਸ ਦੇਣ ਬਈ ਕਿਉਂ ਨੀ, ਵਟ ਹੈਪਨ ਬਈ ਕੀ, ਜਿੱਦਾਂ ਸਭ ਇਹਨਾਂ ਨੂੰ ਠੀਕ ਲੱਗ ਰਿਹਾ ਹੈਗਾ ਪਰ ਅੰਦਰੋਂ ਅੰਦਰੋਂ ਹੀ ਇਟਸ ਨਾਟ ਹੈਪੀ ਵਿਦ ਹਰ ਡਿਸੀਜਨ। ਵਾਈਫ ਦੇ ਘਰ ਵਿਚ ਰਹਿ ਰਹੇ ਸੀ, ਥੋੜੀ ਜੀ ਰਿਸਟ੍ਰਿਕਸ਼ਨ ਲੱਗਦੀ ਹੋਏ ਕੁਛ ਹੈ ਤੇ ਉੱਥੇ ਸਪੇਸ ਰਾਸ ਆ ਗਈ ਹੈ। ਹਾਂਜੀ ਹਾਂਜੀ, ਪਰ ਉਹ ਗੱਲ ਹੀ ਨੀ ਬਣਦੀ ਵੀ ਏਦਾਂ ਅਪਾਰਟਮੈਂਟ ਕਿਉਂ ਰਹਿ ਰਹੇ, ਆਪਣਾ ਆਰਡਰ ਰਹਿ ਰਹੇ ਆ। ਤੇ ਹੀ ਹੈਜ਼ ਟੂ ਫਾਈਂਡ ਆਊਟ ਬਈ ਕਿਉਂ, ਅਸਲੀ ਵਜ੍ਹਾ ਕੀ ਹੈਗੀ ਆ ਬਈ ਉਹ ਏਦਾਂ ਕਿਉਂ ਨੀ ਚਾਹੁੰਦੇ, ਬਈ ਕਿਉਂ ਮਨ ਬਦਲ ਗਿਆ, ਕੀ ਚੀਜ਼ ਆ, ਕੀ ਅਸੀਂ ਇਹਦੇ ਬਾਰੇ ਕਰ ਸਕਦੇ ਹੈਗੇ ਆ ਬਈ। ਕੀ ਹਸਬੈਂਡ ਦੇ ਫਾਦਰ ਇੰਡੀਆ ਬਾਹਰ ਹੈਗੇ ਆ, ਤੇ ਕੀ ਇਹ ਚਾਹੁੰਦੇ ਆ ਬਈ ਪ੍ਰੋਬਲਮ ਕੀ ਹੈਗੀ ਆ ਬਈ।
ਸੋ ਤੁਹਾਨੂੰ ਵੀ ਕਾਈਂਡ ਆਫ ਇਹਨਾਂ ਵਾਕਾਂ ਸਮਝ ਨਹੀਂ ਆ ਰਹੀ ਰਾਈਟ ਉਹ ਪਰ ਜੇ ਫੈਮਿਲੀ ਹੈਗੀ ਹੈ ਬੇਬੀਸ ਹੈਗੇ ਆ ਪੇਰੈਂਟਸ ਇਹਨਾਂ ਬੋਝ ਨਹੀਂ ਹੈਗੇ ਤੇ ਉਹਨਾਂ ਦੀ ਹੈਲਥ ਇਸ਼ੂਸ ਨਹੀਂ ਹੈਗੇ ਤੇ ਕਿਰਕਰ ਇਹ ਕਿਉਂ why does he want bhai oh separate she also know? said ki now they are aging so I don't want to leave them alone but right shuru to hi hey this is what we always thought theek hai just clear karta si ga inhone right so he agreed but he changed his mind but he should tell her why he has changed his mind bajaye da ad rehn de that is yeah ਠੀਕ ਹੈ ਜ਼ਰੂਰ ਤੁਸੀਂ ਹੋਰ ਵੀ ਸੋਚ ਲਓ ਜਸਪ੍ਰੀਤ ਬਿਕੋਜ਼ ਕਾਈਂਡ ਆਫ ਯੂ ਨੋ ਜਿਸ ਤਰ੍ਹਾਂ ਲੱਗ ਰਿਹਾ ਕਿ ਜਸਪ੍ਰੀਤ ਨੂੰ ਵੀ ਇਸ ਜਿਹੜੇ ਲੇਡੀ ਸਵਾਲ ਕਰ ਰਹੇ ਉਹਨਾਂ ਵਾਕਣੀ ਜਸਪ੍ਰੀਤ ਨੂੰ ਵੀ ਲੱਗ ਰਿਹਾ ਕਿ ਓਕੇ ਮਤਲਬ ਕੋਈ ਰੀਜ਼ਨ ਹੋਣਾ ਚਾਹੀਦਾ ਹੈ ਕਿਉਂ ਇਸ ਤਰ੍ਹਾਂ ਉਹ ਕਰ ਰਹੇ ਨੇ ਸੋ ਤੁਹਾਡੇ ਸਾਰਿਆਂ ਦਾ ਕੀ ਖਿਆਲ ਹੈ ਜ਼ਰੂਰ ਦੱਸੋ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ